एवन पंजाबी दी नवी अपडेट लई बेल आइकन नू क्लिक करो ते एवन पंजाबी नू सब्सक्राइब करो। ਭਾਰੀ ਮਾਤਰਾ ਵਿੱਚ ਕੱਚੀ ਲਾਹਨ ਤੇ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਤੁਸੀਂ ਵੀ ਵੇਖੋ ਕਿ ਕਿਵੇਂ ਸ਼ਾਤਰ ਲਾਹਨ ਤਿਆਰ ਕਰ ਦੇਸੀ ਸ਼ਰਾਬ ਬਣਾਉਣ ਦੀ ਤਿਆਰੀ ਵਿੱਚ ਸੀ। ਕਬਜ਼ੇ ਵਿੱਚ ਲੈ ਕੇ ਕੱਚੀ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਤੇ ਸੰਬੰਧਿਤ ਥਾਣੇ ਨੂੰ ਅਗਲੇਰੀ ਕਾਰਵਾਈ ਕਰਨ ਦੀ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ। ਇੱਕ ਘਰ ਦੇ ਵਿੱਚ ਨਜਾਇਜ਼ ਸ਼ਰਾਬ ਕਾਫੀ ਮਾਤਰਾ 'ਚ ਹੋਣ ਦੀ ਸੰਭਾਵਨਾ ਹੈ, ਜਿਹਦੇ ਆਧਾਰ 'ਤੇ ਅਸੀਂ ਇਸ ਪਿੰਡ ਦੇ ਵਿੱਚ ਇੱਕ ਘਰ ਜੋ ਕਿ ਤਾਲਾ ਲੱਗਾ ਹੋਇਆ ਸੀ, ਦੁਬਾਰਾ ਘਰ ਸੀਗਾ, ਉਹਦੇ ਅੰਦਰ ਅਸੀਂ ਅੱਜ ਉਹਦਾ ਕਿਸੇ ਤਰੀਕੇ ਨਾਲ ਚਾਬੀ ਵਗੈਰਾ ਦਾ ਇੰਤਜ਼ਾਮ ਵਗੈਰਾ ਕਰਕੇ ਸੰਬੰਧਿਤ ਜਿਹੜੇ ਜਿਸ ਮਾਲਕ ਜਿਹੜੀ ਆ ਉਹ ਲੇਡੀ ਇੱਥੇ ਨਹੀਂ ਸੀ ਰਹਿੰਦੀ, ਉਸ ਤੋਂ ਚਾਬੀ ਵਗੈਰਾ ਮੰਗਾ ਕੇ ਉਹ ਖਿਲਾਇਆ ਅਤੇ ਉਹਦੇ ਅੰਦਰੋਂ ਕਾਫੀ ਭਾਰੀ ਮਾਤਰਾ ਦੇ ਵਿੱਚ ਤਿਆਰ ਸ਼ਰਾਬ ਅਤੇ ਸ਼ਰਾਬ ਤਿਆਰ ਕਰਨ ਲਈ ਕੱਚੀ ਲਾਹਣ, ਜਿਹਦੇ ਵਿੱਚ ਤਕਰੀਬਨ 46 ਲੀਟਰ ਤਿਆਰ ਐਲਕੋਹਲ ਸ਼ਰਾਬ ਅਤੇ 3 ਵੱਡੇ 600 ਕਿਲੋ ਦੇ ਡਰੰਮ ਲਾਹਣ ਦੇ, ਜਿੱਤੋਂ ਕਿ ਸ਼ਰਾਬ ਤਿਆਰ ਕੀਤੀ ਜਾ ਸਕਦੀ ਸੀ, 2 ਖਾਲੀ ਡਰੰਮ ਸ਼ਗਾਲਾ, ਮਤਲਬ ਪੂਰਾ ਸਿਸਟਮ ਤਿਆਰ ਸੀਗਾ ਇਸ ਸ਼ਰਾਬ ਨੂੰ ਕੱਢਣ ਦਾ। ਉਹਦੇ ਬਾਰੇ 'ਚ ਜੋ ਲਿਖਤ ਹੈਗੀ ਆ ਉਹ ਸੰਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ ਅਤੇ ਇਸ ਸਾਰੀਆਂ ਚੀਜ਼ਾਂ ਬਾਰੇ ਨਾਲ ਦੀ ਨਾਲ ਸਮੇਂ ਅਨੁਸਾਰ ਜਿੱਦਾਂ ਜਿੱਦਾਂ ਸੀਗਾ ਆਪਣੇ ਸੀਨੀਅਰ ਅਫਸਰਾਂ ਅਤੇ ਇਲੈਕਸ਼ਨ ਦੀਆਂ ਟੀਮਾਂ ਨੂੰ ਅਸੀਂ ਦੱਸਦੇ ਰਹੇ ਹਾਂ ਅਤੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਹੀ ਸਾਰੀ ਕਾਰਵਾਈ ਇਹ ਕੀਤੀ ਗਈ ਹੈ ਅਤੇ ਹੁਣ ਵੀ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਸੰਬੰਧਿਤ ਥਾਣੇ ਨੂੰ ਇਹਦੀ ਲਿਖਤ ਭੇਜ ਕੇ ਅਗਲੀ ਕਾਰਵਾਈ ਲਈ ਕੰਮ ਸ਼ੁਰੂ ਕਰ ਦਿੱਤਾ।